ਵੇਖੋ ਜੀ, ਹੱਸਣਾ ਰੂਹ ਦੀ ਖੁਰਾਕ ਹੁੰਦੀ ਹੈ। ਹੱਸਣਾ ਸਾਰਿਆਂ ਨੂੰ ਚੰਗਾ ਲੱਗਦਾ ਹੈ, ਹਾਲਾਂਕਿ ਹੱਸਣ ਵਾਲੀਆਂ ਗੱਲਾਂ ਸਾਰਿਆਂ ਲਈ ਅਲੱਗ ਅਲੱਗ ਹੁੰਦੀਆਂ। ਹੱਸਣ ਦੇ ਢੰਗ ਸਾਰਿਆਂ ਲਈ ਅਲੱਗ ਅਲੱਗ ਹੁੰਦੇ ਨੇ, ਆਪੋ ਆਪਣੇ ਢੰਗ ਹੁੰਦੇ ਨੇ ਸਾਰਿਆਂ ਦੇ ਹੱਸਣ ਦੇ। ਕਈ ਤਾਂ ਬੜਾ ਖੁੱਲ੍ਹ ਕੇ ਹੱਸਦੇ ਨਿੱਕੀ ਜਿਹੀ ਗੱਲ 'ਤੇ ਵੀ, ਕਈ ਵਾਰੀ ਗੱਲ ਨਹੀਂ ਵੀ ਹੁੰਦੀ ਤਾਂ ਵੀ ਉਹਨਾਂ ਦੇ ਨਾਲ ਦੇ ਸਮਝ ਨਹੀਂ ਆਉਂਦੀ ਵੀ ਐਸੀ ਕਿਹੜੀ ਗੱਲ ਹੋ ਗਈ ਜਿਹੜੀ ਸਾਨੂੰ ਸਮਝ ਨਹੀਂ ਆਈ, ਇਹਨੂੰ ਇਕੱਲੇ ਨੂੰ ਸਮਝ ਆ ਗਈ ਸਾਰੀ ਗੱਲ। ਕਈ ਮੀਸਣਾ ਹੱਸ ਹੱਸਦੇ ਨੇ, ਕਿੱਡੀ ਵੱਡੀ ਗੱਲ ਕਰ ਲਓ ਤੁਸੀਂ, ਆਪਣੇ ਨਾਲ ਪੂਰਾ ਵੱਡਾ ਪਟਾਕਾ ਛੱਡ ਲਓ ਤਾਂ ਵੀ ਉਹ ਪਹਿਲੇ ਗੇਅਰ 'ਚ ਹੱਸੀ ਜਾਣਗੇ, ਫਸ ਫਸ ਕੇ ਹਾਸਾ ਲੰਘਦਾ ਉਹਨਾਂ ਦਾ। ਸੋ ਹੱਸਣ ਦੇ ਸਟਾਈਲ ਹੁੰਦੇ ਨੇ। ਹੁਣ ਜਿੱਦਾਂ ਮੁੰਡੇ ਖੁੰਡੇ ਨੇ, ਉਹ ਕੋਈ ਹਾਸੇ ਵਾਲੀ ਗੱਲ ਨਾ ਵੀ ਹੋਵੇ, ਕੁੜੀ ਕੋਲੋਂ ਲੰਘਦੀ ਜਾਵੇ ਤਾਂ ਵੀ ਦੰਦ ਨਿਕਲਦੇ ਨੇ ਉਹਨਾਂ ਦੇ। ਹਾਂਜੀ, ਕਿਹੜੀ ਗੱਲੋਂ ਹੱਸਣ ਦੇ ਨੇ ਉਹਨਾਂ ਨੂੰ ਨਹੀਂ ਪਤਾ ਹੁੰਦਾ। ਅਤੇ ਕੁੜੀਆਂ ਇਸ ਤੋਂ ਉਲਟ ਹੁੰਦੀਆਂ, ਉਹਨਾਂ ਦਾ ਹਾਸਾ ਨਿਕਲਿਆ ਵੀ ਤਾਂ ਫਟਾਫਟ ਲੁਕਾ ਲੈਣਗੇ। ਗੱਲ ਇਹ ਵੀ ਸਾਰਿਆਂ ਦਾ ਆਪੋ ਆਪਣਾ ਢੰਗ ਹੱਸਣ ਦਾ, ਔਰ ਸਾਰਿਆਂ ਲਈ ਆਪੋ ਆਪਣੀਆਂ ਗੱਲਾਂ ਹੁੰਦੀਆਂ ਹੱਸਣ ਵਾਲੀਆਂ। ਹੁਣ ਜਿੱਦਾਂ ਬਜ਼ੁਰਗ ਨੇ, ਉਹਨਾਂ ਦੀਆਂ ਗੱਲਾਂ ਵੱਖਰੀਆਂ ਹੁੰਦੀਆਂ ਹੱਸਣ ਵਾਲੀਆਂ। ਬਾਬੇ ਬੈਠੇ ਬੁੜੀਆਂ ਦੀਆਂ ਗੱਲਾਂ ਕਰਕੇ ਹੱਸੀ ਜਾਣਗੇ, ਮੁੰਡੇ ਖੁੰਡੇ ਕੁੜੀਆਂ ਦੀਆਂ ਗੱਲਾਂ ਕਰਕੇ ਹੱਸੀ ਜਾਣਗੇ, ਅਤੇ ਬੱਚਿਆਂ ਦੇ ਹਾਸੇ ਜੱਗੋਂ ਨਿਰਾਲੇ ਹੁੰਦੇ ਜੇ। ਬੱਚਿਆਂ ਲਈ ਤਾਂ ਇੰਨੀ ਇੰਨੀ ਗੱਲ ਵੀ ਹਾਸੇ ਵਾਲੀ ਹੁੰਦੀ ਨਾ, ਨਿੱਕੇ ਨਿੱਕੇ ਬੱਚੇ ਹੁੰਦੇ ਇੰਨੀ ਗੱਲ 'ਤੇ ਹੱਸੀ ਜਾਣਗੇ। ਕੋਈ ਕਹੇ ਜਾਮ ਨੂੰ ਤੇਰਾ ਵਿਆਹ ਸ਼ਾਮ ਨੂੰ, ਕੋਈ ਕਹੇ ਹਲਦੀ ਤੇਰਾ ਵਿਆਹ ਜਲਦੀ। ਸੋ ਬੱਚਿਆਂ ਦੀਆਂ ਕਿਲਕਾਰੀਆਂ ਹੁੰਦੀਆਂ, ਨੌਜਵਾਨਾਂ ਦੇ ਹਾਸੇ ਹੁੰਦੇ ਨੇ, ਅਤੇ ਬਜ਼ੁਰਗਾਂ ਦੇ ਠਾਕੇ ਹੁੰਦੇ ਨੇ। ਹਾਲਾਂਕਿ ਬਜ਼ੁਰਗਾਂ ਦੇ ਠਾਕਿਆਂ ਦੇ ਵਿੱਚ ਕਈ ਵਾਰੀ ਜਿਹੜੀ ਚੀਜ਼ ਨਾਲ ਹੱਸਣਾ ਹੁੰਦਾ ਉਹ ਹੁੰਦੀ ਨਹੀਂ, ਵਿਚਾਰਿਆਂ ਕੋਲ ਦੰਦ ਹੁੰਦੇ ਨਹੀਂ, ਮੂੰਹ 'ਚੋਂ ਫੂਕਾਂ ਨਿਕਲਦੀਆਂ ਖੁੱਲ੍ਹ ਕੇ ਹੱਸਣਗੇ। ਦੂਰੋਂ ਵੇਖੋ ਹੱਸਦਿਆਂ ਦਾ ਮੂੰਹ ਤਾਂ ਇੱਦਾਂ ਲੱਗਦਾ ਜਿੱਦਾਂ ਸਰਾਣੇ 'ਚੋਂ ਰੂੰ ਕੱਢਿਆ ਹੁੰਦਾ। ਵੈਸੇ ਗੱਲਾਂ 'ਚੋਂ ਗੱਲਾਂ ਨਿਕਲਦੀਆਂ, ਮੈਨੂੰ ਤਾਂ ਯਾਦ ਆ ਸਾਡੇ ਬਜ਼ੁਰਗ ਇੱਕ ਗੱਲ ਸੁਣਾਉਂਦੇ ਹੁੰਦੇ ਆ ਨਾ ਜੀ, ਵੀ ਇੱਕ ਕਿਸਾਨ ਹਲ ਵਾਹੀ ਜਾਵੇ, ਆਪਣਾ ਹਲ ਵਾਹੁੰਦੇ ਹੁੰਦੇ ਸੀ ਢੱਗਿਆਂ ਦੇ ਨਾਲ, ਮਤਲਬ ਬੌਲਦਾਂ ਦੇ ਨਾਲ, ਮੈਨੂਲੀ ਹਲ ਵਗਦਾ ਹੁੰਦਾ ਸੀ, ਅੱਜ ਕੱਲ੍ਹ ਤਾਂ ਟਰੈਕਟਰ ਚੱਲਦੇ ਆ ਨਾ ਜੀ। ਉਹ ਹਲ ਵਾਹੀ ਜਾਏ ਅਤੇ ਕਿਸੇ ਨੇ ਉਹਨੂੰ ਆ ਕੇ ਕਿਹਾ, ਕਹਿੰਦਾ ਯਾਰ ਗੁਰਮੁਖ ਸਿਆਂ ਹਲ ਵਾਹੁਣ ਡਿਆ ਪਰ ਸਿਆੜ ਸਿੱਧਾ ਨਹੀਂ ਕੱਢਣ ਡਿਆ, ਹਲ ਤੇਰਾ ਟੇਢਾ ਚੱਲਣ ਡਿਆ। ਅਤੇ ਜੱਟ ਵਾਸਤੇ ਸਭ ਤੋਂ ਵੱਡਾ ਮਿਹਣਾ ਇਹ ਹੁੰਦਾ ਜੀ, ਉਹਨੂੰ ਕੋਈ ਕਹੇ ਤੇਰਾ ਹਲ ਸਿੱਧਾ ਨਹੀਂ ਵਗਦਾ ਪਿਆ, ਸਿਆੜ ਟੇਢੇ ਆ ਤੇਰੇ, ਉਹਦੇ ਕੋਲ ਬਰਦਾਸ਼ਤ ਨਾ ਹੋਇਆ। ਉਹ ਹਲ ਚਲਾਉਂਦਾ ਕਹਿੰਦਾ, ਅੱਜ ਤੋਂ 17-18 ਸਾਲ ਪਹਿਲਾਂ ਤੁਹਾਡੀ ਜਦੋਂ ਭੂਆ ਦਾ ਵਿਆਹ ਹੋਇਆ ਸੀ ਅਤੇ ਅੱਧੀ ਬਰਾਤ ਭੁੱਖੀ ਮੁੜ ਗਈ ਸੀ। ਕਹਿੰਦਾ ਮੈਂ ਕਿਹਾ ਵੀ ਤੇਰਾ ਹਲ ਟੇਢਾ ਚੱਲਣ ਡਿਆ, 17 ਸਾਲ ਪਹਿਲਾਂ ਤੁਹਾਡੀ ਭੂਆ ਦਾ ਵਿਆਹ ਹੋਇਆ ਸੀ, ਬਰਾਤ ਅੱਧੀ ਭੁੱਖੀ ਮੁੜ ਗਈ ਸੀ। ਇਹ ਕਹਿੰਦਾ ਗੱਲ ਕੀ ਬਣੀ? ਕਹਿੰਦਾ ਵੇਖੋ ਜੀ, ਇੱਦਾਂ ਫਿਰ ਗੱਲਾਂ 'ਚੋਂ ਗੱਲਾਂ ਨਿਕਲਦੀਆਂ। ਉਹਨਾਂ ਨੇ ਬਦਲਾ ਲੈਣਾ ਸੀ, ਕਿਸੇ ਗੱਲ ਨਾਲ ਬਦਲਾ ਲੈ ਲਿਆ, ਗੱਲਾਂ 'ਚੋਂ ਗੱਲਾਂ ਇੱਦਾਂ ਨਿਕਲਦੀਆਂ। ਔਰ ਮੈਨੂੰ ਇਹ ਵੀ ਗੱਲ ਯਾਦ ਹੋ ਵੀ ਸਾਡੇ ਸਿਆਣੇ ਸੁਣਾਉਂਦੇ ਹੁੰਦੇ ਆ ਵੀ ਇੱਕ ਮੁੰਡਾ ਅਤੇ ਕੁੜੀ ਅਚਾਨਕ ਮਿਲੇ ਬੱਸ ਸਟਾਪ 'ਤੇ ਬੈਠੇ, ਅੱਖਾਂ ਨਾਲ ਅੱਖਾਂ ਮਿਲੀਆਂ, ਹੌਲੀ ਹੌਲੀ ਗੱਲਾਂ ਮਿਲੀਆਂ, ਵਿਚਾਰ ਮਿਲ ਗਏ, ਗੱਲਾਂ ਅੱਗੇ ਤੁਰੀਆਂ, ਗੱਲਾਂ ਗੱਲਾਂ 'ਚੋਂ ਵਾਕਫੀਆਂ ਨਿਕਲੀਆਂ। ਕਿਹੜਾ ਪਿੰਡ ਤੁਹਾਡਾ? ਕਹਿੰਦੀ ਜੀ ਫਲਾਣਾ ਹੈ। ਅੱਛਾ, ਉੱਥੇ ਕਿੰਨਾ 'ਚੋਂ? ਕਹਿੰਦੀ ਜੀ ਉਹਨਾਂ 'ਚੋਂ, ਫਲਾਣਿਆਂ 'ਚੋਂ, ਸਾਡਾ ਟੱਬਰ ਫਲਾਣਾ ਹੈਗਾ। ਅੱਛਾ, ਅਤੇ ਉਹ ਫਲਾਣਿਆਂ ਨੂੰ ਜਾਣਦੇ ਹੋ ਤੁਸੀਂ? ਕਹਿੰਦੇ ਹਾਂ ਚੰਗੀ ਤਰ੍ਹਾਂ ਜਾਣ। ਉਹ ਆਪਣੇ ਰਿਸ਼ਤੇਦਾਰ ਨੇ, ਤੁਹਾਡੇ ਕੀ ਲੱਗਦੇ ਨੇ? ਸਾਡੇ ਫਲਾਣੀ ਰਿਸ਼ਤੇਦਾਰੀ ਹੈ। ਉਹਨਾਂ ਦੀ ਕਹਿੰਦੀ ਉਹ ਫਲਾਣੇ ਨਾਲ ਵੀ ਰਿਸ਼ਤੇਦਾਰੀ? ਆਹੋ, ਅਤੇ ਉਹ ਤਾਂ ਸਾਡੇ ਫਿਰ ਫਲਾਣੇ ਹੋਏ ਨਾ, ਲੈ ਜਾਣ ਦਿਓ। ਅਤੇ ਫਿਰ ਤਾਂ ਫਲਾਣਿਆਂ ਕਰਕੇ ਅਸੀਂ ਫਲਾਣਿਆਂ ਦੇ ਰਿਸ਼ਤੇਦਾਰ ਲੱਗੇ। ਮੁੰਡੇ ਦੀ ਜਾਨ 'ਤੇ ਬਣ ਕੇ ਕਹਿੰਦਾ ਉੱਠ। ਕਹਿੰਦੀ ਕੀ ਹੋਇਆ? ਕਹਿੰਦਾ ਉੱਠ। ਕਹਿੰਦੀ ਪਤਾ ਤਾਂ ਲੱਗੇ ਹੋਇਆ ਕੀ? ਕਹਿੰਦਾ ਚੱਲ ਫਟਾਫਟ ਜਾ ਕੇ ਵਿਆਹ ਕਰਾ ਲਈਏ, ਇਹ ਗੱਲਾਂ ਇੱਦਾਂ ਤੁਰਦੀਆਂ ਰਹੀਆਂ, ਅਸੀਂ ਭੈਣ ਭਰਾ ਨਿਕਲ ਆਉਣਾ ਹੀ। ਪਰ ਵੈਸੇ ਸੱਚੀ ਗੱਲ ਇਹ ਹੈ ਵੀ ਹਰ ਬੰਦਾ ਕਿਤੇ ਨਾ ਕਿਤੇ ਅੰਦਰੋਂ ਥੋੜ੍ਹਾ ਜਿਹਾ ਆਪਣੀ ਪਤਨੀ ਤੋਂ ਦੁਖਦਾ ਹੁੰਦਾ, ਅੰਦਰੋਂ ਧੋਖਦਾ ਹੁੰਦਾ। ਤੁਸੀਂ ਵੀ ਦੁਖੀ ਲੱਗਦੇ ਹੋ, ਖੁੱਲ੍ਹ ਕੇ ਨਹੀਂ ਵਿਚਾਰੇ, ਖੁੱਲ੍ਹੋ। ਵੈਸੇ ਹਰ ਬੰਦੇ ਜਿਹਨੂੰ ਹੱਥ ਲਾ ਕੇ ਵੇਖੋ, ਅੰਦਰੋਂ ਥੋੜ੍ਹਾ ਜਿਹਾ ਦੁਖੀ ਤੁਹਾਨੂੰ ਜ਼ਰੂਰ ਮਿਲਦਾ। ਉਹ ਤਾਂ ਹੀ ਪੁਰਾਣਾ ਘਸਿਆ ਪੁਰਾਣਾ ਜਿਹਾ, ਵੈਸੇ ਹੁਣ ਤਾਂ ਜੋਕ ਹੋ ਗਿਆ, ਪਰ ਜੋਕ ਮੈਨੂੰ ਬੜਾ ਵਧੀਆ ਲੱਗਦਾ। ਕਹਿੰਦੇ ਜੀ ਰੱਬ ਨੇ ਸਭ ਤੋਂ ਪਹਿਲਾਂ ਦੁਨੀਆ ਬਣਾਈ, ਆਰਾਮ ਨਾਲ ਸੌਂ ਗਿਆ। ਉਸ ਤੋਂ ਬਾਅਦ ਰੱਬ ਨੇ ਬੰਦਾ ਬਣਾਇਆ, ਫਿਰ ਆਰਾਮ ਨਾਲ ਸੌਂ ਗਿਆ। ਉਸ ਤੋਂ ਬਾਅਦ ਰੱਬ ਨੇ ਜ਼ਨਾਨੀ ਬਣਾਈ, ਉਸ ਤੋਂ ਬਾਅਦ ਨਾ ਬੰਦਾ ਸੁੱਤਾ ਨਾ ਰੱਬ ਸੁੱਤਾ। ਜੋਕ ਪੁਰਾਣਾ ਪਰ ਗੱਲ ਬਹੁਤ ਵਧੀਆ ਜੇ। ਇਹ ਤਾਂ ਵੈਸੇ ਵੀ ਸੱਚਾਈ ਤੁਹਾਨੂੰ ਦੱਸਾਂ, ਵਿਆਹੇ ਬੰਦੇ ਦੀ ਨਿਸ਼ਾਨੀ ਪਤਾ ਕੀ ਹੁੰਦੀ ਜੇ? ਤੁਸੀਂ ਕਿਸੇ ਬੰਦੇ ਨੂੰ ਬੁਲਾ ਕੇ ਵੇਖੋ, ਜੇ ਉਹ ਇੱਦਾਂ ਅੱਗੋਂ ਜਵਾਬ ਦੇਵੇ ਨਾ, ਹਾਂ ਕੀ ਪੁੱਛਿਆ ਭਾਅ ਜੀ?
जे दूसरी बारी तुहाडी गल सुणे ना पहली वारी हां ही करे इहदा मतलब ओह बंदा व्याया होया है। इह तां लेटेस्ट गल है ना, कहिंदे जदों इक थां ते बाबे साधु बैठे सी, 134 साधु बैठे सी, 134 चटाइयां विछा के, 134 चटाइयां विछियां, उत्ते 134 साधु बैठे ने। एक मेरे वर्गा जा कहिंदा, महापुरशो बहुत दुखी हाँ मैं, मेरी पत्नी मेरे काबू च नहीं हैगी, मेरी वाइफ मेरे वस च नहीं हैगी, संतो महापुरखो दसो मैं की करा। बाबा जी का हासा निकल गया, कहिंदे तू की करना, अं करांगे। कहिंदे बाबा जी की करोगे? कहिंदे कुछ नहीं, अपने चेले नूं आवाज मारी, बेटा। कहिंदा हाँ जी महाराज, एक चटाई होर बिछा दो पुत्र लिया के। स्वर्ग नरक बारे आपो अपनी सारयां दी राय है जी, क्योंकि ना किसी ने स्वर्ग देखिया ना किसी ने नरक देखिया। मेरी अपनी राय है जी, स्वर्ग भी इत्थे ही है ते नरक भी इत्थे ही है। आपो अपनी सोच दा फर्क हुंदा है। कोई लोग हुंदे ने नरक दे विच भी ऐ स्वर्ग वर्गी जिंदगी जी के जांदे आ जी, ते कई ऐसे माड़े कर्म वाले हुंदे जे जिहड़े स्वर्गां दे विच भी स्वर्ग वासियां वांगू जी के चले जांदे। तो वैसे कई लोगों को सिदक मर के भी नहीं जे आता, तसली फिर भी नहीं आती, क्योंकि कहते हैं ना कि गम से घबरा के सोचा कि मर जाएंगे, गम से घबरा के सोचा कि मर जाएंगे, पर मर के भी चैन ना पाया तो किधर जाएंगे। होंगे जी कई मर के भी चैन नहीं जे आता, इदा के एक लाला जी बेचारे सारी जिंदगी दुकान तो ही नहीं वेले हुए, जू जमे प्यो ने दुकान पर बिठाए, दुकान पर हार्ट अटैक होया, उत्थे ही मर गए, उत्थे ही फुड़क गए बेचारे। जदों उत्ते पहुँचे यमराज के दरबार के खलोते ने, उन्हां दे लेखे जोखे हो रहे ने जिंदगी के चंगे माड़े कामां दे, ते अखीर ते रब भी कन्फ्यूज जिहा हो के, यमराज कन्फ्यूज जिहा हो के पुछ रहा, तुसीं दसो लाला जी तुहानूं स्वर्ग भेजा जाए कि नरक च भेजा जाए। सोच सोच के कहिंदा, वैसे तां महापुरख उदां ही होणी जिद्दां तुसीं चाहुंदे आ जी। वैसे कहिंदा मेरी मनो तां जी, ना तां स्वर्ग च भेजो तां ना मैनूं नरक च भेजो, मैनू दोहां दे ऐन सेंटर च थोड़ी जी थां दे दो, आपां चाह चू दी दुकान पा लैने उत्थे। कन्फ्यूजन, इधरों कुछ होर चल रहा, उधरों कुछ होर चल रहा। ये तो वैसे टीवी चैनल की उन्हें गल की ना जी, कई बार साडी जिंदगी भी दो दो चैनल चल रहे होंगे ने, एट ए टाइम सानू लाइफ के दो चैनल चलाने पैंदे आ जी, क्योंकि जिंदगी दे विच सोशल मजबूरियां कई बार ऐसा होंदियां जिदा तुहानू साइमल्टेनियसली दो फोन करने पैंदे ने। पहला फोन मिलता इधरों तो नाल ही, हैलो, हाँ जी पता लगा सी भी एक्सीडेंट हो गया पापा जी उन्हां दा, मैं तो जदों दा सुनिया धर्म वाली गल, मेरा तो किलो खून सुक गया, ठीक नहीं हुण वैसे, चल दवाई दवाई दिओ टाइम ना, है ख्याल करो। फोन रख दिया, नाल ही दूजा भी फोन करना पैंदा नाल ही घुमा के, हैलो, हाँ जी कल पता लगा पप्पू दा व्याह धरता है, धरन मेरा तो किलो खून वध गया सुन के। दो चैनल तुहानू कट्ठे कई बार चलाने पैंदे जिंदगी दे विच। जिदा कोई बंदा किसी के घर जाके मुबारक देन दिया, बधाइयां हों जी मुबारक हों, है पता लगा काका इंग्लैंड चला गया, बहुत खुशी की गल है जी। मैं कहला इंग्लैंड चला गया समझो पूरा टब्बर तर गया, देखो जी इतने रखिया कि हिंदुस्तान के धक्के ही ने ना, वो भी कहते हाँ जी है धक्के ही ने। दूजे दिन पता लगता मुंडा डिपोर्ट करता इंग्लैंड वाले वापस मोड़ता, फिर जाके उस मूँह ना कहना पैंदा, चलो जी मैं कहना चंगा होया वैसे अपने घर आया, बाहरले मुल्क धक्के ही ने, घर वर्गी रीस थोड़ा जी, अपने घर बच्चा रवे अपने घर मौजा करे। अगला फिर कह दिंदा नहीं वैसे एजेंट नाल होई तो है गल, एजेंट कहिंदा भी अगले हफ्ते तक फिर चढ़ा देंगे, पहुँच जाएंगे इंग्लैंड। आहो जे पहुँच जाए तो फिर ये नाल दी तां रीस ही नहीं ना, इंग्लैंड वर्गी कोई रीस थोड़ा। कहिंदे वेखो जी पर पहुँचे तो ही है, की पता फिर ना मुड़ आवे, मुड़ भी आएगा तो की माड़ा है, घर का घर च घर वर्गी रीस थोड़ा। सो कई बार तुहानू साइमल्टेनियसली दो दो चैनल चला के जिंदगी चलानी पैंदी है, पर इस वेले साडा चैनल MH1 अपनी पूरी कोशिश कर रहा है कि अपना बेस्ट परफॉर्म करके तुहानू इन्ने के समय लिए जरूर हसाया जाए जिन्ना समा साडा शो चलता है, द ग्रेट पंजाबी कॉमेडी शो। एक इस मुकदमे नाल मिलदी जुलदी गल मेरा भी दिल करदा तुहाडे नाल मैं सांझी करां जी। देवानंद साहब साडे बा कमाल फनकार बॉलीवुड दे, उन्हां नाल एक बड़ी प्यारी ओरिजिनल घटना जुड़ी जिस तक मैं सुनिया हुआ जी, कि जदों बटाले वो कॉलेज पढ़ते सी, पहली गल तो बटाला नूं बिलोंग करदे गुरदासपुर डिस्ट्रिक्ट नूं, करोटा पिंड है जी उन्हां दा दीनानगर दे लागे, बटाले पढ़ते हुंदे सी, बड़े खूबसूरत अमीर घर दे नौजवान गभरू सी देवानंद साहब। तो देवानंद साहब ने एक वारी कितें शरारत की, कॉलेज की एक लड़की नूं छेड़ दिता। उन्हां जमानियां दे विच भलियां वेलियां च प्रिंसीपल ने बुला के 100 रुपया फाइन किया सी इन्हां नूं, कि 100 रुपया जुर्माना होएगा देव तैनूं, तू कुड़ी नूं छेड़िया। चंगे भले घर दे सीगे, खांदे पींदे घर दे सीगे, उन्हां लई कोई बहुता मैटर नहीं सी करदा इन्ना क पैसा। जदों देवानंद साहब नूं पता लगा
ਕਿ ਮੈਨੂੰ ਇਸ ਗੱਲ ਲਈ ਪ੍ਰਿੰਸੀਪਲ ਸਾਹਿਬ ਨੇ 100 ਰੁਪਈਆ ਜੁਰਮਾਨਾ ਕੀਤਾ। ਦੇਵਾਨੰਦ ਸਾਹਿਬ ਨੇ ਪਰਸ ਕੱਢਿਆ ਆਪਣਾ, 200 ਰੁਪਈਆ ਰੱਖ ਦਿੱਤਾ। ਪ੍ਰਿੰਸੀਪਲ ਦੇ ਡੇਲੇ ਟੱਡੇ ਕੇ ਕਹਿੰਦੇ, ਨਹੀਂ ਬੇਟਾ 100 ਰੁਪਈਆ ਜੁਰਮਾਨਾ ਹੋਇਆ, ਤੁਸੀਂ 200 ਦੇ ਰਹੇ ਹੋ। ਕਹਿੰਦਾ, ਮੈਨੂੰ ਪਤਾ ਜੀ, 100 ਮੈਂ ਐਡਵਾਂਸ ਦੇ ਰਿਹਾ। ਕਹਿੰਦਾ